7-8 ਦਿਨ ਪਿਛਲੀ ਵੀਡੀਓ ਦੇ ਵਿੱਚ ਅਵੈੜੀ ਪਈ ਸੀ, 3.5 ਲੱਖ ਰੁਪਏ ਦਾ ਰੇਟ ਪਾਇਆ ਸੀ, 3,30,000 ਰੁਪਏ ਦਾ ਭਰਾ ਚੁਲਸਤਾਨੀ ਦਾ ਕਰਾਸ ਹੈ, ਦੁੱਧ ਦੋਵਾਂ ਟਾਈਮਾਂ ਦਾ ਤਕਰੀਬਨ 14 ਲੀਟਰ। ਮਾਸ਼ਾਅੱਲਾ ਜੀ, ਇਹ ਚੈੱਕ ਕਰੋ ਜੀ, ਜ਼ਰਾ ਨਜ਼ਾਰਾ ਕਰਨਾ, ਪ੍ਰਿੰਟ ਦੀ ਸ਼ਾਈਨਿੰਗ ਵੇਖਣੀ ਹੈ, ਖੂਬਸੂਰਤ ਪ੍ਰਿੰਟ ਮਾਸ਼ਾਅੱਲਾ ਭਾਈ। ਗੱਬਾ ਨੇ ਜੀ, ਡੋਗਰ ਸਾਹਿਬ ਕਿਲਵਾ ਸਵਾਦ ਨੇ ਸੁਣਿਆ, ਦੂਸਰਾ ਸਵਾਦ ਸੁਣਿਆ ਤੇ ਮਾਸ਼ਾਅੱਲਾ ਜੀ ਨੂੰ ਮਨ ਦਾ ਲਿਬਾਸ ਕਹੀ ਦੇਣਾ ਜੀ ਜੀ, ਉਹ ਥੱਲੇ ਵਾੜੀ ਕਰਿਆ ਜੀ ਇਨਸ਼ਾਅੱਲਾ ਜੀ। ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਚ ਜੁਮੇਰਾਤ ਦਾ ਤੇ ਇਸ ਟਾਈਮ ਫਹਰੇ ਸਿਆਲਕੋਟ, ਸਿਆਲਕੋਟ ਦੇ ਨਾਮਵਰ ਮਸ਼ਹੂਰ ਵਪਾਰੀ ਸਰਦਾਰ ਆਸਮ ਡੋਗਰ ਸਾਹਿਬ ਦੇ ਡੇਰੇ ਤੇ ਮੌਜੂਦ ਆ। ਤੇ ਮਾਸ਼ਾਅੱਲਾ ਜੀ, ਡੋਗਰ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ 6 ਖੂਬਸੂਰਤ ਟਾਪ ਕਲਾਸ ਅਸਲੀ ਤੇ ਨਸਲੀ ਸ਼ੌਕੀਆ ਗਾਵਾਂ ਲੈ ਕੇ ਆਏ ਨੇ, ਕਮ ਅਜ਼ ਕਮ ਕੀਮਤ ਹੈ ਜੀ 2,30,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਤੇ ਇਹਨਾਂ ਦਾ ਜਿਹੜਾ ਰੇਟ ਹੈ, ਕੀਮਤ ਹੈ, ਉਹ ਵੀ ਮਲੂਮ ਕਰਨੇ ਹਾਂ। ਸਾਰੇ ਦੋਸਤਾਂ ਕੇ ਗੁਜ਼ਾਰਿਸ਼ ਹੈ ਜੀ, ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ। ਡੋਗਰ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ ਜੀ, ਅੱਲਾ ਪਾਕ ਦਾ ਬੜਾ ਸ਼ੁਕਰ ਹੋ ਤੇ ਜ਼ਿਆਦਾ ਦਾ ਕਰਮ ਹੈ। ਡੋਗਰ ਸਾਹਿਬ ਤੁਸੀਂ ਸੁਣਾਓ, ਠੀਕ ਹੋ, ਸਭ ਹੈਰੀਅਤ ਹੈ? ਸ਼ੁਕਰ ਅਲਹਮਦੁਲਿਲਾ। ਮਾਸ਼ਾਅੱਲਾ ਜੀ, ਸਿਲਸਿਲਾਵਾਰ ਵੀਡੀਓ ਹੋਵੇ, ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ, ਦੋਸਤਾਂ ਨੂੰ ਫੇਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਗਾਉਂ ਪੀਰੋ ਚੱਕ ਤੇ। ਉਮੀਦ ਕਰਨੇ ਆ ਸਾਰੇ ਦੋਸਤ ਸਾਹਿਬ ਖੈਰ ਕਿਰਤ ਨਾਲ ਹੋਣਗੇ ਤੇ ਸਾਡੀ ਵੀਡੀਓ ਨੂੰ ਲੋਕ ਦੇਖਦੇ ਨੇ, ਟਾਈਮ ਦਿੰਦੇ ਨੇ, ਵੀਡੀਓ ਨੂੰ ਸ਼ੇਅਰ ਕਰਦੇ ਨੇ, ਕਮੈਂਟ 'ਚ ਆਪਣੀ ਰਾਏ ਦਾ ਇਜ਼ਹਾਰ ਕਰਦੇ ਨੇ, ਉਹਨਾਂ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਾਂਗਾ। ਤੇ ਮਾਸ਼ਾਅੱਲਾ ਗਾਵਾਂ ਵੇਖੋ, ਕੀਮਤੀ ਹੀਰਾ ਸੀ ਤੇ ਬੰਦਿਆਂ ਨੇ ਕਿਹਾ ਸੀ ਉਹ ਸਾਹਮਣੇ ਲੋਡ ਹੁੰਦੀ ਹੈ ਤੇ ਉਸ ਗਾਂ ਦੇ ਬਾਰੇ 'ਚ ਫਰਾਜ਼ ਸਾਹਿਬ ਕੋਈ ਕਹਿ ਸਕਦਾ ਸੀ ਕਿ 40 ਲੀਟਰ ਵਾਲੀ ਗਾਂ ਹੈ? ਤੇ ਮਾਸ਼ਾਅੱਲਾ ਪਿਛਲੀ ਵੀਡੀਓ ਦੇ ਵਿੱਚ ਵੀ 11 ਗਾਵਾਂ ਹਨ, ਸਾਰੀਆਂ ਗਾਵਾਂ ਸੇਲ ਹੋ ਗਈਆਂ ਹਨ, ਇੱਕ ਗਾਂ ਰਹਿ ਗਈ ਸੀ, ਉਹਦਾ ਬੰਦਿਆਂ ਨੇ ਟੋਕਨ ਦੀ ਵਜ੍ਹਾ ਕਰਵਾਇਆ, ਥੋੜ੍ਹਾ ਜਿਹਾ ਕੋਈ ਮਸਲਾ ਉਹ ਹੋ ਗਿਆ ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਗਾਂ ਨਹੀਂ ਭੇਜੀ ਹੈ। ਅਤੇ ਮਾਸ਼ਾਅੱਲਾ ਗਾਵਾਂ ਅੱਜ ਵੀ ਚੰਗੀਆਂ ਨੇ, ਗਾਵਾਂ ਸੁਬਾ ਵੀ 2 ਦਿੱਤੀਆਂ ਨੇ ਅਤੇ ਇਹ ਵੀ ਜਾਨਵਰ ਬੱਜੇ ਨੇ, ਇਹਨਾਂ ਦਾ ਵੀ ਦੋਸਤਾਂ ਨੇ ਸ਼ੌਕ ਕਰਾਉਂਦੇ ਹਾਂ। ਖੜਾ ਕੀ ਖੜਾ ਕੇ ਕਰਾਈਏ ਸ਼ੌਕ? ਆਓ ਜੀ ਭਾਈ ਤਸਵਰ, ਹੈ ਵੀ ਟਾਈਮ ਹੋਰ ਵੀ ਜਿਹੜੇ ਦੋਸਤ ਵੀਡੀਓ ਨੂੰ ਮਿਲਦੇ ਨੇ, ਸ਼ੇਅਰ ਕਰਦੇ ਨੇ, ਕਮੈਂਟ 'ਚ ਆਪਣੀ ਰਾਏ ਦਾ ਇਜ਼ਹਾਰ ਕਰਦੇ ਨੇ, ਉਹਨਾਂ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਾਂਗਾ। ਭਾਈ ਅਬਦੁਲ ਰਹਿਮਾਨ ਮਕਬੂਲ ਸਾਹਿਬ ਨੇ, ਮਲਕ ਹਨੀਫ ਅਬਾਸ ਸਾਹਿਬ ਨੇ, ਜਿੰਨੇ ਵੀ ਦੋਸਤ ਵੀਡੀਓ ਨੂੰ ਮਿਲਦੇ ਨੇ, ਸ਼ੇਅਰ ਕਰਦੇ ਨੇ, ਉਹਨਾਂ ਦਾ ਸ਼ੁਕਰੀਆ। ਚਲੋ ਅੱਜ ਦੀ ਇਸ ਵੀਡੀਓ ਦੇ ਵਿੱਚ ਚਲੋ ਸ਼ੁਰੂ ਕਰਾਓ, ਨਾਲ ਨਾਲ ਦੱਸਦੇ ਹਾਂ। ਆਓ ਜੀ ਭਾਈ ਲੈ ਕੇ ਆਓ, ਮਾਸ਼ਾਅੱਲਾ ਜੀ ਨੰਬਰ 1 ਦੀ ਆ ਗਈ ਹੈ ਜੀ ਜੀ। ਡੋਗਰ ਸਾਹਿਬ ਆਪ ਹੀ ਬੈੜੀ ਤੇ ਮਗਰੇ ਬੈੜੀ ਇਹਦੇ ਪਿੱਛੇ ਹੀ ਬੱਚੀ, ਮਾਸ਼ਾਅੱਲਾ ਜੀ ਹੈ ਵੀ ਚੰਗੀ ਹੈ, ਚਿਹਰਾ ਦੋਸਤਾਂ ਵੇਖ ਲੈਣਾ। ਮਾਸ਼ਾਅੱਲਾ ਜੀ ਨੰਬਰ 1 ਤੇ ਆ ਗਈ ਹੈ, ਇਸ ਸਾਈਡ ਤੇ ਆ ਭਾਈ ਜਾਨ, ਇਹ ਪਿੱਛੇ ਦੇ ਬੱਚੀ ਨਾੜੂ ਸਾਹਮਣੇ ਨਜ਼ਰ ਆ ਰਿਹਾ ਜੀ। ਡੋਗਰ ਸਾਹਿਬ ਕਿੰਨਵਾਂ ਸਵਾਸ ਹੋਈ ਹੈ ਜੀ? ਸਵਾਸ ਹੋਈ ਹੈ 7-8 ਦਿਨ ਪਿਛਲੀ ਵੀਡੀਓ ਦੇ ਵਿੱਚ ਅਵੈੜੀ ਪਈ ਸੀ, 3.5 ਲੱਖ ਰੁਪਏ ਦਾ ਰੇਟ ਪਾਇਆ ਸੀ, 3,30,000 ਰੁਪਏ ਦਾ ਭਰਾ ਦਾ ਸੌਦਾ। ਅੱਛਾ ਵਜ੍ਹਾ ਬਣੀ ਜਿਹਦੀ ਵਜ੍ਹਾ ਤੋਂ ਉਹਦੇ ਵੱਲੋਂ ਨੀ ਗੱਲ ਰਹੀ, ਸਾਡੇ ਵੱਲੋਂ ਹੀ ਰਹੀ ਹੈ ਜਿਹਦੀ ਵਜ੍ਹਾ ਤੋਂ ਅਸੀਂ ਉਹਨੂੰ ਗਾੜੀ ਨਹੀਂ ਭੇਜੀ। ਠੀਕ ਹੈ,
ਤੇ ਸਾਡੇ ਵੱਲੋਂ ਕੋਈ ਕੰਮ ਰਿਹਾ ਸੀ। ਅੱਛਾ ਹਾਂਜੀ। ਉਹਨਾਂ ਨਾਲ ਇੱਕ ਦੇਂਦੇ ਸਨ ਗਾਂ। ਠੀਕ ਹੈ। ਤੇ ਉਹ ਗਾਂ ਆਰਾਮ ਦੀ ਬੜੀ ਸੀ, ਮਤਲਬ ਦੁੱਧ ਚਵਾਉਂਦੀ ਹੀ ਨਹੀਂ ਸੀ, ਇੰਜ ਦੀ ਗਾਂ ਨਹੀਂ ਕਦੀ ਵੇਖੀ ਆ, ਪਹਿਲਾਂ ਵੀ ਅੱਛੀ ਦੁੱਧ ਆਉਂਦੀ, ਉਹ ਦੁੱਧ ਹੀ ਨਹੀਂ ਚਵਾਉਂਦੀ। ਇਸ ਵਜ੍ਹਾ ਤੋਂ ਸਾਡਾ ਸੌਦਾ ਕੈਂਸਲ ਹੋਇਆ ਇਹ ਜੇ। ਠੀਕ ਹੈ। ਵੈੜੀ ਕੋ ਠੰਡਾ ਕਰਕੇ ਨਾ, ਠੰਡਾ ਕਰਕੇ ਤਸੱਲਾ ਦੇ ਨਾਲ ਬਾਈ ਜ਼ਰਾ ਸਿੱਧੀ ਕਰੋ, ਲੰਮੀ ਜ਼ਰਾ ਰਵੇਲ ਸਹੀ ਨਜ਼ਰ ਆਏ। 14 ਤੋਂ 14-15 ਲੀਟਰ ਧਾਰਾ ਹੈ ਨੇ। ਇਹ ਸੁਬਾਹ ਦੂਸਰਾ ਦੱਸਿਆ, ਦਿਨ ਕਿੰਨੇ ਕੋ ਗਏ ਨੇ? 7 ਦਿਨ 8 ਹੋਏ ਜਾ। 7-8 ਦਿਨ ਹੋ ਗਏ ਨੇ ਤੇ 14 ਕਿ ਲੀਟਰ ਦੋਵਾਂ ਟਾਈਮਾਂ ਦਾ ਟੋਟਲ, ਬੱਚੇ ਸਮੇਤ ਜਾਂ ਬੱਚੇ ਨੂੰ ਭੁਲਾ ਕੇ? ਬੱਚੇ ਸਮੇਤ। ਠੀਕ ਹੈ। ਖਿਲਾਰੇ ਭਾਈ ਜਾਨ ਥਾਣਵੀ ਦੋਸਤਾਂ ਚੈੱਕ ਕਰਾਨੇ ਆ ਭਾਈ ਜ਼ਰਾ, ਲੱਸੀ ਦੀ ਕਰਾਓ। ਚੋਣ ਮਾਸ਼ਾਅੱਲਾ ਬੜੀ ਪਿਆਰੀ ਹੈ ਤੇ ਸੌ ਸੀਲ ਬੜੀ ਹੈ, ਵੰਗੇ ਢੰਗੇ ਤੋਂ ਬਗੈਰ ਸਾਰੀ ਵੈੜੀ ਝੋਲ ਹੋ ਜਾਏ। ਠੀਕ ਹੈ ਮਾਸ਼ਾਅੱਲਾ। ਕ੍ਰਾਸ ਬੜਾ ਡਾਡਾ ਜਰਸੀ ਕ੍ਰਾਸ ਹੈ ਵੇਖੋ। ਹਾਂ ਜਰਸੀ ਤੇ ਕਿਦਾ ਚੋਲਸਤਾਨੀ, ਜਰਸੀ ਤੇ ਹਲਕਾ ਜਾਂ ਚੋਲਸਤਾਨੀ ਦਾ ਟੱਚ, ਇੰਜ ਦੀਆਂ ਜਰਸੀਆਂ ਕਿੱਥੋਂ ਲੱਭਦੀਆਂ ਜੀ? ਜੀ ਬਿਹਤਰ ਹੋ ਗਿਆ ਹੈ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ, ਨਾੜੂ ਵੀ ਸਾਹਮਣੇ ਨਜ਼ਰ ਆ ਰਿਹਾ। 7 ਕੁ ਦਿਨ ਹੋ ਗਏ ਨੇ, ਸੁਬਾਹ ਦੂਸਰਾ ਸੂਈ ਹੈ, ਜਰਸੀ ਜ਼ਿਆਦਾ ਵੇ ਕੋਈ ਹਲਕਾ ਜਿਹਾ ਵਿੱਚ ਚੋਲਸਤਾਨੀ ਦਾ ਕ੍ਰਾਸ ਹੈ, ਦੁੱਧ ਦੋਵਾਂ ਟਾਈਮਾਂ ਦਾ ਤਕਰੀਬਨ 14 ਲੀਟਰ ਲਿਬਾਸ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ, ਤੇ ਥਣ ਵੀ ਸੋਹਣੇ ਲੱਗੇ ਨੇ। ਇਹ ਚੈੱਕ ਕਰੋ ਜੀ। ਜੀ ਡੋਗਰ ਸਾਹਿਬ, ਅੱਜ ਦੀ ਕੀਮਤ ਕੀ ਹੈ ਹੁਣ? ਰਾਜ ਸਾਹਿਬ 3,30,000 ਦੀ ਫਾਈਨਲ। ਯੈਸ, ਤੈਨੂੰ ਪਿਛਲੀ ਵੀਡੀਓ 'ਚ 3.5 ਲਾਇਆ ਸੀ, 3,30,000 ਦਾ ਸੌਦਾ ਆਇਆ ਸੀ। ਠੀਕ ਹੈ। ਅੱਜ ਉਹ ਰੇਟ ਦੇ ਦੇਣਾ ਜਿਹਦੇ 100 ਦਾ ਨੋਟ ਨਹੀਂ ਘੱਟ ਹੋਣਾ। 3,30,000 ਦੀ ਯੈਸ ਹੈ, ਤੈਨੂੰ ਜੀ ਬਿਹਤਰ ਹੋ ਗਿਆ ਮਾਸ਼ਾਅੱਲਾ। ਟੋਕਨ ਕਰਵਾ ਦੇ, ਨਹੀਂ ਤਾਂ ਪੋਰ ਕਰਾਓ। ਜੀ ਬਿਹਤਰ ਹੋ ਗਿਆ। ਕੀਮਤ ਡਿਮਾਂਡ 3,30,000। ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ, ਮਾਸ਼ਾਅੱਲਾ ਜੀ। ਅੱਗੇ ਆ ਗਈ ਇਹ ਨੰਬਰ 2 'ਤੇ, ਕਾਦਾਵਰ ਹੈ, ਸੋਹਣਾ ਪ੍ਰਿੰਟ ਹੈ, ਖੂਬਸੂਰਤੀ ਦੋਸਤਾਂ ਵੇਖਣੀ ਹੈ ਮਾਸ਼ਾਅੱਲਾ ਜੀ। ਪਿਆਰੇ ਭਾਈ ਇੱਥੇ ਜ਼ਰਾ ਖਿਲਾਰਨੀ ਹੈ, ਫਿਰ ਟੋਰਨੀ ਹੈ। ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਵੱਡੀ ਪਹਿਲਵਾਨ ਚੀਜ਼ ਦੇ ਚਿਹਰਾ ਦੋਸਤਾਂ ਵੇਖਣਾ, ਚੰਗੀ ਮੋਟੀ ਅੱਖ ਹੈ, ਮੱਥੇ 'ਚ ਬੈਂਡ ਵੀ ਹੈ, ਵੇ ਹੈ ਵੀ ਝੁੰਗੀ ਹੈ ਭਾਈ, ਖਿਲਾਰੇ ਜ਼ਰਾ। ਜੀ ਡੋਗਰ ਸਾਹਿਬ, ਗੱਬਣ ਹੈ ਜੀ। ਹਾਂਜੀ। ਕਿਨਵਾ ਸੁਆ ਨੇ ਸੁਣਿਆ ਰਾਜ ਸਾਹਿਬ? ਦੂਸਰਾ ਸੁਆ ਸੁਣਿਆ ਤਾਂ ਮਾਸ਼ਾਅੱਲਾ ਡੇਲਾ ਵਹਾਓ ਮੈਡੀ। ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਇਹ ਤਾਂ ਮੇਰੇ ਨਾਲ 2 ਖੰਭ ਲਾਈ ਤੇ ਜੀ 1 ਬੰਦੀ ਵੇਖੋ। ਹਾਂ, ਪਾਪਾ ਦਾ ਡੇਲਾ ਹੀ ਗੱਲ ਟੋਰਾ ਭਾਈ ਜਾਨ, ਜਦੋਂ ਮੈਡੀ ਲਈ ਹੈ ਨਾ ਜੇ ਇਸ ਬੰਦੇ ਕੋ, ਪੈਸੇ ਲੀਲੇ ਸਨ, ਪੈਸੇ ਲੈਣ ਤੋਂ ਬਾਅਦ ਉਸ ਬੰਦੇ ਨੇ ਕਲਮਾ ਪੜ ਕੇ ਕਸਮ ਖਾ ਕੇ ਆਖਿਆ ਕਿ ਮੇਰੀ ਵੈੜੀ ਗਰੰਟੀ ਦੇ ਨਾਲ 20 ਕਿਲੋ ਦੁੱਧ ਦੇਗੀ, ਜਿਹਨੂੰ ਵੀ ਦੇਗਾ ਗਰੰਟੀ ਦੇ ਨਾਲ 20 ਕਿਲੋ ਦੁੱਧ ਦੀ ਗਰੰਟੀ ਨਾਲ ਮੇਰੀ ਵੈੜੀ ਦੇਈ। ਠੀਕ ਹੈ। ਗਰੰਟੀ ਨਾਲ 20 ਕਿਲੋ ਦੁੱਧ ਕਰੇਗੀ। ਚੀਜ਼ ਨਸਲੀ ਹੈ ਤੇ ਉਮੀਦ ਛੇਰੀ ਹੋਣੀ ਚਾਹੀਦੀ ਹੈ। ਨੰਬਰ ਆ ਗਈ 2 ਤੇ ਮਾਸ਼ਾਅੱਲਾ ਜੀ, ਗੱਬਣ ਹੈ, ਪੁੱਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ। ਆਹ ਚੈੱਕ ਕਰੋ ਜੀ, ਸ਼ਰਾਫਤ ਵੇਖਣੀ ਕਾਫੀ ਬੱਚੇ ਕੇ ਲਈ। ਆਹ ਚੈੱਕ ਕਰੋ ਜੀ, ਜਗ੍ਹਾ ਕਿੰਨੀ ਹੈ ਮਾਸ਼ਾਅੱਲਾ ਜੀ। ਛੋਟੇ ਛੋਟੇ ਦਿਨ ਤਕਰੀਬਨ 10 ਕਿਲੋ ਲੈਂਦੀ ਹੈ ਭਾਈ, ਵੱਡੀ ਜਸਾਮਤ ਤੇ ਥਾਣੀ ਦੋਸਤਾਂ ਚੈੱਕ ਕਰਾਨੇ ਆ। ਟੋਰੋ ਭਾਈ ਜਾਨ ਤੇ ਸੁਆ ਡੋਗਰ ਸਾਹਿਬ, ਕਿਨਵਾ ਨੇ ਸੁਣਿਆ ਦੂਸਰਾ ਕੀ ਨਸਲ ਜਦੀ ਹਾਲ ਸਟੇਨ ਫਰੀਜ਼ੀਅਨ ਜਰਸੀ ਤੇ ਚੋਲਸਤਾਨੀ, ਮਾਸ਼ਾਅੱਲਾ ਜੀ ਮਜ਼ਬੂਤ ਕ੍ਰਾਸ ਨੇ, ਨੰਬਰ 2 ਤੇ ਚੈੱਕ ਕਰਾਈਏ ਜੀ ਡੋਗਰ ਸਾਹਿਬ। ਪਹਿਲਾਂ ਅੱਛੀ 20 ਕਿਲੋ ਦੁੱਧ ਕਰਦੀ ਰਹੀ ਹੈ ਤੇ ਐਤਕੀ ਤੇ ਵੈੜੀ ਨੂੰ 5 ਕਿਲੋ ਦੁੱਧ ਦਾ ਕੋਈ ਭਾਰ ਨਹੀਂ ਹੋਏਗਾ। ਜੀ ਬਿਹਤਰ ਹੋ ਗਿਆ। ਕੀ ਕੀਮਤ ਹੈ ਡੋਗਰ ਸਾਹਿਬ? ਸਾਰੀ ਪੋਲੀ ਕਰਮਾ ਬੜਾ ਹਲੂਨ ਸਾਰੀਆਂ ਦੀ ਤੇ ਨਹੀਂ ਨਾ ਇਹ ਕਰਨਾ, ਕਿੰਨੇ ਕਿ ਸਾਰੇ ਪੋਲੀ ਥੱਕ ਜੇਗੀ ਚੱਡਾ ਕਰ ਕਰ ਕੇ ਭਰਾ ਦੋਸਤ ਨੂੰ ਪਸੰਦ ਆਈ ਫਾਈਨਲ।
ਸ਼ਾਮਲ ਹੋਈ ਜਿਹੜੀ ਖਾਂਗੜ ਗਾਂ ਪਾਵਾਂਗੇ ਤੇ ਖੜਾ ਪੂਰਾ ਉੱਥੇ ਹੋਏਗਾ ਜੀ। ਬਿਹਤਰ ਹੋ ਗਿਆ ਲਿਆਓ ਭਾਈ ਜਾਨ, ਕਿਆ ਬਾਤ ਹੈ ਭਾਈ, ਸਬਰ ਤੁਹਾਡੀ ਚੀਜ਼ ਚੰਗੀ ਮਾਸ਼ਾਅੱਲਾ ਜੀ। ਲਓ ਦੋਸਤੋ ਨੰਬਰ 2 ਤੇ ਚੈੱਕ ਕਰਾਈਏ ਕੀਮਤ ਡਿਮਾਂਡ 4,10,000 ਮਾਸ਼ਾਅੱਲਾ ਜੀ। ਖੂਬਸੂਰਤੀ ਵੇਖਣੀ, ਕੁਆਲਿਟੀ ਚੈੱਕ ਕਰਨੀ ਹੈ, ਐਚ ਐਫ ਜਰਸੀ ਤੇ ਚੁਲਸਤਾਨੀ ਕਰਾਸ ਹੈ, ਦਿਨ ਤਕਰੀਬਨ 10 ਕੁ ਲੈਂਦੀ ਹੈ ਭਾਈ। ਲਿਆਓ ਭਾਈ ਸਬਰ ਮਾਸ਼ਾਅੱਲਾ ਜੀ, ਆਹ ਚੈੱਕ ਕਰੋ ਅੱਗੇ ਭਾਈ, ਲਿਆਓ ਜੀ ਨੰਬਰ 3 ਵਾਲੀ ਪ੍ਰਿੰਟ ਦੀ ਸ਼ਾਈਨਿੰਗ ਦੋਸਤਾਂ ਵੇਖਣੀ ਹੈ। ਕੱਲ ਦੀ ਸੂਈ ਹੈ ਤੇ ਮਾਸ਼ਾਅੱਲਾ ਜੀ ਇਹ ਚੈੱਕ ਕਰੋ ਜੀ, ਜ਼ਰਾ ਨਜ਼ਾਰਾ ਕਰਨਾ, ਪ੍ਰਿੰਟ ਦੀ ਸ਼ਾਈਨਿੰਗ ਵੇਖਣੀ ਹੈ, ਖੂਬਸੂਰਤ ਪ੍ਰਿੰਟ ਮਾਸ਼ਾਅੱਲਾ ਭਾਈ, ਟੋਰੋ ਜ਼ਰਾ ਲੰਮੀ। ਕੱਲ ਦੀ ਸੂਈ ਹੈ ਡੋਗਰ ਸਾਹਿਬ, ਕਿੰਨਵਾਂ ਸੂਆ ਸੂਈ ਹੈ ਸੂਆ ਦੂਸਰਾ ਵੇ ਤੇ ਦੋਵਾਂ ਟਾਈਮਾਂ ਦਾ ਜਿਹੜਾ ਬੋਲਾ ਵੇ ਟੋਟਲ 22-23 ਕਿਲੋ ਵੇ, ਜਾ ਕੇ ਪਿੱਛੇ ਦੇ ਵੇਖੋ ਇਹ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ, ਚਿਹਰਾ ਵੀ ਦੋਸਤਾਂ ਵੇਖਣਾ, ਸੁਬਾਹ ਦੂਸਰਾ ਵੱਡੀ ਜਸਾਮਤ ਹੈ ਮਾਸ਼ਾਅੱਲਾ ਜੀ। ਤੇ ਜਿਹੜਾ ਹਲੇ ਮੌਜੂਦਾ ਬੋਲਾ ਵੇ 22-23 ਲੀਟਰ ਟੋਟਲ ਬੱਚੇ ਸਮੇਤ ਕੈਮਰੇ ਨੂੰ ਕੰਮ ਨਜ਼ਰ ਆ ਰਹੀ ਹੈ ਸਰਕਾਰ, ਉਹ ਹੀ ਹਲੇ ਬੋਲੇ ਤੱਕ ਜਾ ਕੇ ਹੋਏਗੀ, ਠੀਕ ਹੈ, ਹਜ਼ਾਰ ਗਾਂ ਚ ਅਨੋਖੀ ਹੋਏਗੀ। ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ, ਸੋਹਣੇ ਪਾਵਰਫੁਲ ਥਾਨੇ, ਲਿਬਾਸ ਵੀ ਚੰਗਾ ਕੀਤਾ। ਨੰਬਰ 3 ਤੇ ਆ ਗਈ ਹੈ, ਪਿੱਛੇ ਦੇ ਬੱਚੀ ਕਰਮ ਵਾਲੀਆਂ ਦੋ ਹੀ ਨੇ ਟੋਰੇ ਹੋ ਬਾਈ ਬਰਕਾਤ, ਕੀ ਨਸਲ ਹੈ ਡੋਗਰ ਸਾਹਿਬ ਦੀ? ਫਰੀਜ਼ੀਅਨ ਤੇ ਚੁਲਸਤਾਨੀ ਕਰਾਸ ਹੈ ਲਿਬਾਸ ਦੋਸਤਾਂ, ਫਿਰ ਚੈੱਕ ਕਰਨਾ ਮਾਸ਼ਾਅੱਲਾ ਜੀ, ਥਾਣੀ ਵੀ ਦੋਸਤਾਂ ਵੇਖ ਲੈਣੇ ਨੇ। ਨੰਬਰ 3 ਤੇ ਆ ਗਈ ਹੈ, ਬੋਲੇ ਤੇ ਵੇ ਸੁਬਾਹ ਦੂਸਰਾ ਵੇ, ਪੁੱਠਾ ਵੀ ਦੋਸਤਾਂ ਚੈੱਕ ਕਰਨਾ ਹੈ, ਕੋਈ ਛੋਟੀ ਚੀਜ਼ ਨਹੀਂ ਜੀ ਡੋਗਰ ਸਾਹਿਬ। ਵੈੜ ਨੰਬਰ 3 ਦਾ ਰੇਟ ਭਰਾ ਸਾਹਿਬ ਕਿਹਾ, ਭਰਾ ਦੋਸਤ ਨੂੰ ਪਸੰਦ ਹੋਈ ਫਾਈਨਲ 4,80,000 ਨੰਬਰ 3 ਤੇ ਚੈੱਕ ਕਰਾਈਏ ਕੀਮਤ, ਵਾਪਸ ਮਾ ਚੰਗਾ ਲਾ ਧਾਰ ਦੀ ਚੰਗੀ ਹੈ, ਅਨੋਖੀ ਜੀ ਸ਼ਾਇਆ ਹੋਏਗੀ ਕਿ ਜੀ। ਬਿਹਤਰ ਹੋ ਗਿਆ, ਪਿੱਛੇ ਆ ਵੀ ਬੱਚੀ ਮਾਸ਼ਾਅੱਲਾ ਜੀ, ਅੱਗੇ ਭਾਈ ਲਿਆਓ ਜੀ ਨੰਬਰ 4 ਵਾਲੀ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਆ ਗਈ ਹੈ, ਚੰਗੀ ਨਾਮੀ ਗ੍ਰਾਮੀ ਪਹਿਲਵਾਨ ਚੀਜ਼ ਦਾ ਮਾਸ਼ਾਅੱਲਾ ਜੀ, ਹਾਈਟ ਵੇਖਣੀ ਹੈ, ਕਾਦਾ ਵਰੇ ਗੱਬਣ ਜੀ ਡੋਗਰ ਸਾਹਿਬ, ਕਿੰਨਵਾਂ ਸੁਆਦ ਨੇ ਸੁਣਾ ਜੀ ਜੀ, ਉਹ ਥੱਲੇ ਵਾੜੀ ਕਰੇ ਇਨਸ਼ਾਅੱਲਾ ਜੀ। ਲਿਬਾਸ ਦੀ ਜਿਹੜੀ ਚੜਾਈ ਹੈ ਦੋਸਤਾਂ ਉਹ ਵੇਖਣੀ ਹੈ, ਹਲੇ ਕੱਚੀ ਹੈ, ਸੁਆਹ ਦੂਸਰਾ ਸੁਣਾ ਭਾਈ, ਜ਼ਰਾ ਹੱਥ ਸਿੱਧੀ ਕਰੋ, ਹਾਂ ਥਾਣਾ ਤੇ ਵੀ ਸੋਹਣੇ ਪਾਵਰਫੁਲ ਲੱਗੇ ਨੇ, ਹਾਈਟ ਵੇਖਣੀ ਹੈ, ਰਵੇਲ ਚੈੱਕ ਕਰਨੀ ਹੈ, ਚੰਗੀ ਕਾਦਾਵਰ ਚੀਜ਼ ਦੇ ਡੋਗਰ ਸਾਹਿਬ, ਦਿਨ ਕਿੰਨੇ ਕੁ ਲੈ ਰਹੀ ਹੈ ਸੋਹਣੇ ਦੋਹਰੇ ਥਾਨ ਨੇ ਮਾਸ਼ਾਅੱਲਾ ਜੀ ਟੋਰੋ ਭਾਈ ਜਾਨ, ਤਕਰੀਬਨ 5 ਕੁ ਦਿਨ ਡੋਗਰ ਸਾਹਿਬ ਦੱਸੇ ਨੇ, ਜਿਹੜੇ ਦਿਨ ਦੱਸੀ ਦੇ ਨੇ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ। ਸੁਬਾਹ ਦੂਸਰਾ ਸੋਹਣਾ ਨੰਬਰ ਆ ਗਈ 4 ਤੇ ਮਾਸ਼ਾਅੱਲਾ ਜੀ, ਤੇ ਲਿਬਾਸ ਇਨਸ਼ਾਅੱਲਾ ਕਰੇ ਜੀ ਮਜ਼ੀਦ। ਕੀ ਨਸਲ ਹੈ ਡੋਗਰ ਸਾਹਿਬ ਦੀ? ਫਰੀਜ਼ੀਅਨ ਤੇ ਚੁਲਸਤਾਨੀ ਕਰਾਸ, ਫਰੀਜ਼ੀਅਨ ਤੇ ਚੁਲਸਤਾਨੀ ਕਰਾਸ ਤੇ ਮਾਸ਼ਾਅੱਲਾ ਜੀ, ਕਰਾਸ ਵੀ ਮਜ਼ਬੂਤ ਹੈ,
ਗੱਬਾ ਨੇ ਨੰਬਰ 4 ਤੇ ਚੈੱਕ ਕਰਾਈਏ ਕੀ ਕੀਮਤ ਹੈ ਡੋਗਰ ਸਾਹਿਬ ਦੀ? ਰਾਜ ਸਾਹਿਬ ਵੇਗੇ ਠੀਕ ਨਹੀਂ ਤੇ ਅਗਲੀ ਵੀਡੀਓ ਦੇ ਵਿੱਚ ਇਹਦਾ ਰੇਟ ਕਰ ਮਾਰੀਦਾ ਨਾ। ਵੈਸੇ ਅਗਰ ਕਿਸੇ ਦੋਸਤ ਭਾਈ ਦੀ ਸਮਝ ਚ ਹੁੰਦੀ ਹੈ, ਡੋਗਰ ਸਾਹਿਬ ਦੇ ਨੰਬਰ ਸਕਰੀਨ ਤੇ ਆ ਰਹੇ ਨੇ, ਦੋਸਤ ਕਾਲ ਕਰਕੇ ਰਾਬਤਾ ਕਰ ਸਕਦੇ ਨੇ। ਨਫਾਸ ਦੋਸਤਾਂ ਵੇਖਣੀ ਮਾਸ਼ਾਅੱਲਾ ਜੀ ਫਰੀਜ਼ੀਅਨ ਤੇ ਚੋਲਸਤਾਨੀ ਕਰਾ ਸਕੇ ਭਾਈ, ਲਿਆਓ ਜੀ ਨੰਬਰ 5 ਜੀ। ਓਹਦੇ ਵਿਚ ਗਾਂ ਸ਼ਾਮ ਵਾਲੇ 6 ਜੁਲਾਈ ਵਾਲੀ ਵੀਡੀਓ ਦੇ ਵਿਚ ਠੀਕ ਹੈ। ਗਾਂ ਕੋ ਦੁੱਧ 25-26 ਕਿਲੋ ਸੀ। ਰਾਣਾ ਸਾਹਿਬ ਮੇਰੇ ਦੋਸਤ ਨੇ ਪਸਰੂੜ ਦੇ, ਉਹ ਆਪੀ ਦੁਬਈ ਹੁੰਦੇ ਨੇ ਪਿੱਛੋਂ ਮੁਲਾਜ਼ਮਾਂ ਦੀ ਸੇਵਾ ਤੇ, ਆ ਕੰਡੀਸ਼ਨ ਹੋ ਗਈ ਹੈ ਤੇ ਉਹ ਆਪੀ ਫੇਰ ਹੁਣ ਆਏ ਨੇ ਤੇ ਵੱਡੀ ਗਾਈ ਲੈ ਕੇ ਇਹਨੇ, ਜਿਹੜੀ ਮੇਰੇ ਘਰ ਵਾਲੀ ਵੱਡੀ ਗਾਈ ਨਹੀਂ ਸੀ ਜੀਓ ਜਿਹੜਾ ਜ਼ਿਕਰ ਕੀਤਾ ਸੀ, ਉਹ ਗਾਈ ਉਹ ਲੈ ਲਾ ਰਿਹਾ ਭਾਈ, ਇੱਥੇ ਜ਼ਰਾ ਡਿਟੇਲ ਸੁਣ ਲੈਂਦੇ ਖਿਲਾ ਰਿਹਾ, ਉਹ ਗਾਈ ਲੈ ਗਏ ਨੇ ਠੀਕ ਹੈ ਤੇ ਮਗਰ ਵੱਛੀ ਜਿਹੜੀ ਹੈ ਬਰਕਾਤ ਤੇ ਦਰਵਾਈ। ਤਿੰਨ ਕੁ ਮਹੀਨੇ ਹੋ ਗਏ ਤਕਰੀਬਨ ਸੋਇਆ ਨਹੀਂ। ਇਹ ਵੇਖੋ ਮਾਸ਼ਾਅੱਲਾ ਵੱਛੀ ਦੇ ਥੱਲੇ ਕੇਂਜਰੀ ਖੀਰੀ ਹੈ ਮਾਸ਼ਾਅੱਲਾ ਜੀ, ਇਹ ਪਿੱਛੇ ਦੇ ਵੱਛੀ ਹਾਂ ਯਾਰ ਆ ਚੈੱਕ ਕਰੋ ਜੀ ਕੀ ਆ ਬਾ ਨੂਣੇ ਵੇ ਕਿੱਡਾ ਸਾਰਾ ਥਾਣ ਜ਼ਰਾ ਬਾਈ ਸਾਹਿਬ ਦੇ ਅੰਬ ਦੀ ਨਹੀਂ ਕਿੰਜੇ ਦੇ ਥਾਣ ਲੱਗੇ ਆ। ਆ ਚੈੱਕ ਕਰੋ ਮਾਸ਼ਾਅੱਲਾ ਜੀ, ਖੀਰੀ ਵੱਛੀ ਦੇ ਥਾਣ ਦੋਸਤਾਂ ਵੇਖਣੇ ਨੇ, ਗਾਂ ਦੇ ਵੀ ਚੈੱਕ ਕਰ ਲੈਣੇ ਨੇ। ਖਾਂਗੜੇ ਪਿੱਛੇ ਵੱਛੀ ਹੈ ਤੇ ਸੋਆ ਕਿੰਨਾ ਹੈ ਡੋਗਰ ਸਾਹਿਬ ਦਾ? ਰਾ ਸਾਹਿਬ ਦੂਸਰਾ ਸੂਆ ਵੀਡੀਓ ਤੇ ਹੀ 6 ਜੁਲਾਈ ਦੀ, ਉਹਦੇ ਚ ਸ਼ਾਮਲ ਸੀ ਸੂਈ ਹੀ ਜਾਂ ਗੱਬਨ? ਸੂਈ ਸੀ ਉਸ ਵੀਡੀਓ ਦੇ ਵਿੱਚ, ਯਾਨੀ ਕਿ 3 ਮਹੀਨੇ ਤੇ ਕੁਝ ਦਿਨ ਹੋ ਗਏ ਨੇ ਤਕਰੀਬਨ। ਠੀਕ ਹੈ, ਯਾਨੀ ਕਿ 3 ਮਹੀਨੇ ਦੇ। ਇੱਕ ਹੋਰ ਗੱਲ ਹੈ, ਗਾਂ ਹੁਣ ਵੀ ਸਾਂਭੀ ਜਾਏਗੀ, ਗਾਂ ਦੁੱਧ ਹੁਣ ਵੀ ਕਰੇਗੀ। ਦੁੱਧ ਹੁਣ ਕਿੰਨਾ ਵੇ ਦੇਖੋ ਇਸ ਟਾਈਮ ਦੁੱਧ ਜਿਹੜਾ ਨਾ ਤਕਰੀਬਨ ਕੋਈ 9-10 ਕਿਲੋ ਹੈ। ਦੋਆਂ ਟਾਈਮਾਂ ਦਾ ਟੋਟਲ 9-10 ਕਿਲੋ ਦੁੱਧ ਹੈ। ਸਵੇਰ ਕਿੰਨਾ ਦੂਸਰਾ ਲੈ, ਜਿੱਦਣ ਗਾਂ ਤਿਆਰ ਹੋਏ ਨਾ, ਜਿੱਦਣ ਗਾਂ ਤਿਆਰ ਹੋਏ ਵੱਛੀ ਤੇ ਗਾਂ ਨੂੰ ਦੋਵੇਂ ਦੇਣੇ ਕਹਿਣ ਤੋਂ ਬਾਅਦ ਜਿੱਦਣ ਗਾਂ ਤਿਆਰ ਹੋਏ 4.5 ਲੱਖ ਰੁਪਏ ਦੀ ਗਾਂ, ਉਸ ਤੋਂ ਵੀ ਸੌਖੀ ਹੋਏ, ਚੰਗੀ ਪਲੀ ਜੁੜੀ ਗਾਂ ਹੋਏ ਤੇ ਗਾਂ ਮੇਰੇ ਘਰ ਕੋ ਕੱਲ ਛੇੜੇ। ਇੱਕ ਮਜ਼ੀਦ ਗੱਲ ਦੱਸਾਂਗਾ, ਗਾਂ ਨੂੰ ਸੀਮਨ ਵੀ ਰਖਵਾਇਆ। ਕਿੰਨੇ ਦਿਨ ਹੋ ਗਏ ਨੇ? ਤਕਰੀਬਨ ਅੱਜ ਦੂਸਰਾ ਤੀਸਰਾ ਦਿਹਾੜਾ, ਤੇ ਜੇ ਕਿਸੇ ਦੇ ਘਰ ਜਾ ਗੱਬਨ ਗਾਂ ਨਿਕਲੇ ਨਾ ਤੇ ਵੀਰ ਭਰਾ ਦਵਾ ਦੇ, ਤੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਗਾਂ ਗੱਬਨ ਨਿਕਲੇ। ਮਾਸ਼ਾਅੱਲਾ ਜੀ ਕੀ ਬਾਤ ਹੈ, 2-3 ਦਿਨ ਹੋ ਗਏ ਨੇ, ਇਨਸਾਮਿਨੇਟ ਵੀ ਹੋ ਗਈ ਹੈ, 8-9 ਕਿਲੋ ਦੁੱਧ ਵੀ ਹੈ ਪਿੱਛੇ ਮਾਸ਼ਾਅੱਲਾ ਜੀ, ਵੱਛੀ ਵੀ ਹੈ। ਨੰਬਰ 5 ਤੇ ਚੈੱਕ ਕਰਾਈਏ, ਖਾਂਗੜ 3 ਮਹੀਨੇ ਤੇ ਕੁਛ ਦਿਨ ਹੋਏ ਨੇ ਇਹਨੂੰ ਸੋਇਆ। ਲਿਬਾਸ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਕੀ ਨਸਲ ਹੈ ਡੋਗਰ ਸਾਹਿਬ ਦੀ? ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਡੋਗਰ ਸਾਹਿਬ ਦੀ 6 ਜੁਲਾਈ ਦੀ ਵੀਡੀਓ ਵੇ, ਉਹਦੇ ਚ ਇਹ ਜਾਨਵਰ ਜਿਹੜੀ ਗਾਂ ਵਿੱਚ ਸ਼ਾਮਲ ਸੀ ਦੇਖੋ ਨਾ, ਮਗਰ ਜਿਹੜੀ ਸ਼ਾਇ ਬਾਈ ਇਹਦਾ ਚਿਹਰਾ ਵੀ ਸਾਹਮਣੇ ਕਰਾਉ ਵੱਛੀ ਦਾ, ਇਹ ਚੈੱਕ ਕਰੋ ਮਾਸ਼ਾਅੱਲਾ ਮੋਨੀ। ਠੀਕ ਹੈ ਜੀ ਡੋਗਰ ਸਾਹਿਬ, ਗਾਂ ਨੰਬਰ 5 ਦਾ ਰੇਟ। ਹਾਂਜੀ ਫਰਾਜ਼ ਸਾਹਿਬ, 1 ਲੱਖ ਰੁਪਏ ਦੀ ਤਾਂ ਮਗਰ ਵੱਛੀ ਹੈ ਤੇ ਜੋੜਾ ਇਕੱਠਾ ਹੀ ਕਿਸੇ ਭਰਾ ਦੋਸਤ ਨੂੰ ਪਸੰਦ ਹੋਏ 2,30,000 ਰੁਪਏ ਦਾ ਫਾਈਨਲ ਦਿਆਂਗੇ। ਗਾਂ ਇਕੱਲੀ ਕਿਸੇ ਲੈਣੀ ਹੋਏ 1,90,000 ਦੀ ਗਾਂ ਰੱਖ ਲੈ, 40,000 ਦੀ ਵੱਛੀ ਮੈਨੂੰ ਰਹਿਣ ਦੇ ਜੀ। ਜ਼ਬਰਦਸਤ ਹੋ ਗਿਆ ਮਾਸ਼ਾਅੱਲਾ ਜੀ, ਵੱਛੀ ਸਮੇਤ ਕੀਮਤ 2,30,000। ਸਵਾ ਦੂਸਰਾ ਵੇ, 8-9 ਕਿਲੋ ਦੁੱਧ ਦੇ, 2-3 ਦਿਨ ਹੋ ਗਏ ਨੇ ਮਾਸ਼ਾਅੱਲਾ ਇੰਜ ਦੀਆਂ ਖਾਂਗੜਾਂ। ਤੇ ਇੱਕ ਹੋਰ ਗੱਲ, ਬਰਕਾ ਥੋ ਤਸਵਰ ਗੜਵੀ ਲੈ ਕੇ ਇੱਕ ਮਿੰਟ ਵੱਛੀ ਥੱਲੇ ਬਰਕਾਤ ਕਰੀ। ਆ ਮਾਸ਼ਾਅੱਲਾ ਜੀ, ਥਾਣੀ ਵੀ ਦੋਸਤਾਂ ਵੇਖਣੇ ਨੇ ਤੇ 100 ਫੀਲ ਕਿੰਨੀ ਕੇ ਆ। ਜਿੱਦਣ ਫਿਰ ਆਸਾ ਮੇਰੀ ਜਾਨ, ਜਿੱਦਣ ਗਾਂ ਬੰਨ ਲੱਗੀ ਹੋਈ ਨਾ, ਜਿੱਦਣ ਫਿਰ ਗਾਂ ਤਿਆਰ ਹੋਈ ਤੇ ਜਿੱਥੇ ਮਰਜ਼ੀ ਖਿਲਾਰ ਕੇ ਗਾਂ ਕੇ ਨਾਲੇ ਦਾ ਤੋਹਫਾ ਹੀ ਹੈ ਡੋਗਰ ਸਾਹਿਬ ਭਾਈ ਦੀ ਵੀਡੀਓ ਦਾ ਤੋਹਫਾ ਹੀ। ਮਾਸ਼ਾਅੱਲਾ ਜੀ, ਪਿੱਛੇ ਵੀ ਵੱਛੀ ਹੈ, ਦੁੱਧ ਵੀ 8-9 ਕਿਲੋ ਵੇ, ਕਰਾਸ ਵੀ ਹੋਈ, ਅੱਲਾ ਦੀ ਜ਼ਾਤ ਕਰਮ ਕਰੇ ਜੇ ਗੱਬਰ ਨਿਕਲ ਆਈ ਤੇ ਫੇਰ ਤਾਂ ਸਮਝੋ ਕਿ ਵੱਡੀ ਕਮੇਟੀ ਹੈ। ਆ ਚੈੱਕ ਕਰੋ ਮਾਸ਼ਾਅੱਲਾ ਜੀ, ਖਾਂਗੜ ਗਾਂ ਵੇ ਤੇ ਖਾਂਗੜ ਦੀ ਡਿਮਾਂਡ ਵੀ ਕਾਫੀ ਡੋਗਰ ਸਾਹਿਬ, ਤੁਹਾਡੀ ਸ਼ਫਕਤ ਤੁਸੀਂ ਅੱਜ ਇੱਕ ਲੈ ਆਏ ਫਰਾਜ਼ ਸਾਹਿਬ, ਬੜੀਆਂ ਜਿਹੀਆਂ ਅੱਜ ਹੀ।
ਪੰਜ ਛੇ ਖਾਂਗਣੀਆਂ ਗਾਈਆਂ ਹਨ। ਉਹ ਤਾਂ ਤੁਸੀਂ ਫਿਰ ਵੀਡੀਓ ਤੋਂ ਬਗੈਰ ਹੀ ਸੇਲ ਕਰ ਛੜੀਆਂ ਨੇ, ਵੀਡੀਓ ਤੋਂ ਬਗੈਰ ਹੀ ਵੇਚ ਗਈਆਂ। ਚਲੋ ਭਾਈ ਦੱਸੋ ਫਿਰ, ਆ ਚੈੱਕ ਕਰੋ ਮਾਸ਼ਾ ਅੱਲਾਹ। ਚਲੋ ਉੱਠੋ, ਠੀਕ ਹੈ। ਕੀਮਤ 2,33,000 ਮਈਆਂ ਵਾਲਾ ਸਿਸਟਮ ਹੈ, ਦੁੱਧ ਮਈਆਂ ਵਾਲਾ ਸਿਸਟਮ ਹੈ ਲੱਗਦਾ ਫਜ਼ਲ ਨੂੰ ਸਫੇਦ। ਮਾਸ਼ਾ ਅੱਲਾਹ। ਅੱਗੇ ਭਾਈ ਲਿਆਓ ਜੀ ਨੰਬਰ 6 ਵਾਲੀ, ਹੋ ਨਹੀਂ ਗਈਆਂ ਇਹ ਜਿਹੜੀ ਇੱਕ ਗਾਂ ਵੇਚ ਗਈ, ਉਹ ਵੀ ਵੇਚ ਸਕਣੀ ਕਿ ਨਹੀਂ, ਉਹ ਵੇਚ ਗਈ ਉਹ ਗਾਂ ਕੱਚੀ, ਉਹਨੂੰ ਅਗਲੀ ਵੀਡੀਓ ਦੇ ਵਿੱਚ ਠੀਕ। ਮਜ਼ੀਦ ਕੋ ਦੋਸਤਾਂ ਵਾਸਤੇ ਗਲਤੀ ਕਤਾਈ ਹੋਈ ਆ, ਉਹਦੀ ਮਾਂ ਜਾ ਚਾਹੁੰਦੇ ਭਰਾਵਾਂ ਕੋਈ ਇੰਨੇ ਜੇ ਦੋਸਤਾਂ ਕੋਲ ਇਜਾਜ਼ਤ ਲੈਂਦੇ ਹਾਂ। ਓਕੇ ਅੱਲਾ ਹਾਫਿਜ਼। ਇਹ ਮਹਿਮਾਨ ਆਏ ਨੇ, ਵੀਡੀਓ ਵੇਖਦੇ ਨੇ ਅੰਕਲ ਹਰੀ, ਦੇਣਾ ਪੈਗਾਮ ਦੋਸਤਾਂ ਨੂੰ ਆਈ ਵੇਖ ਕੇ ਆਇਆ ਵੀਡੀਓ ਤੁਹਾਡੀ। ਅੱਛਾ ਕਿਹੜੀ ਜਗ੍ਹਾ ਤੋਂ ਮਾਸ਼ਾਅੱਲਾ ਆਏ ਹੋ? ਅਸੀਂ ਵਿੰਜਲ ਤੋਂ ਆਇਆ। ਠੀਕ, ਲੁਧਿਆਣੇ ਦੇ ਕੋਲ। ਸਹੀ ਹੈ ਮਾਲ ਮਾਸ਼ਾਅੱਲਾ, ਸਹੀ। ਚਲੋ ਜੀ, ਹੋਰ ਕੋਈ ਗੱਲਬਾਤ? ਦੇਣਾ ਹੀ ਬੜਾ ਪੱਬਿਆ ਜੀ। ਬਹੁਤ ਸ਼ੁਕਰੀਆ ਜੀ। ਜੀ ਡੋਗਰ ਸਾਹਿਬ, ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ ਦੀ। ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।